जिदा राड़ा चल दिया मेरे हिसाब ना नहीं चाह बन दी। शिनू मुबारक उबाला आ गया ठाकुर। हाँ जी सत श्री अकाल जी, किदा जी सारे ठीक ठाक हो? उम्मीद करदा सारे वधिया होंगे। ते अज गल हैगी इदां कि अज मेरा चाह पीण ते वाहवा दिल सीगा, ते टाइम भी बहुत ज्यादा हो गया। ते जदों मैं शिनू नूं कहा चाह बना दे, ते शिनू कहिंदी सिलंडर मुक गया। सिलंडर मुक गया ते फिर दिल सीगा जदों चाह पीण दा, ते बाहर जाण ते दिल नहीं हैगा। रात दा टाइम बहुत आ ते दिल नहीं कर रहा बाहर जाण ते वी। ते साडे कोल इक ओटीजी सीगा ते जिहदे च असीं कदी यूज़ नहीं कीता, बहुत घट यूज़ किया। तो मैं अज उस एक्सपैरीमेंट कर लगे, इनू धक्के ना उठाया कि तू चल चाह बना जिदा मर्जी, पर बनानी वो ओटीजी दे विच। ते चलो देखते हैं बनती है या नहीं बनती। एक्सपैरीमेंट तो मैं कर लगा, तो सब तो पहले ऐ करो हसना हसना। तो जिदा कि मित्रों आ ओटीजी है साडा, ठीक है? तो एक्सपैरीमेंट करना आ पतीला आ की आ पतीला या की आए डोंगा या डोंगे दे विच पहला चीनी पाली ते पत्ती पाली। और पहला की पाया पानी पाया थोड़ा जिहा रखूंगी तो चाह ता उबलूगी के उपर उबलनी है चाह। तू भी ओही गल्लां कर दी आ। ਆ ਲੈ ਇੱਥੇ ਰੱਖ, ਹੁਣ ਰੱਖ ਇਹਦੇ ਉੱਪਰ, ਉੱਪਰਲਾ ਵੀ ਚਲਾ ਥੱਲੇ ਵਾਲਾ ਵੀ ਚਲਾ। ਹੁਣ ਉਹਨੂੰ ਆਹ ਦੋ ਇਹਦੀਆਂ ਰਾੜਾਂ ਜਿਹੜੀਆਂ ਇਹ ਵੀ ਚਲਾ, ਉੱਪਰ ਵਾਲੀ ਰਾੜ ਵੀ ਚਲਾ। ਫਿਰ ਇਹਨੂੰ 5-10 ਮਿੰਟ ਪਿਆ ਰਹਿਣ ਦੇ, ਫਿਰ ਦੇਖਦੇ ਹਾਂ ਕੀ ਬਣਦਾ ਕੀ ਨਹੀਂ। ਬਟਨ ਆਉਣੇ ਆਉਣੇ ਆ, ਹੀਟ ਮੈਨੇ ਕਰਦੀ 180 ਡਿਗਰੀ, ਠੀਕ ਹੈ? ਕਿ ਉਹ 230 ਕਰੂੰ? ਇਹਨੂੰ ਤੇਜ਼ ਕਰ, ਗਰਮ ਥੋੜੀ ਜ਼ਿਆਦਾ ਰੱਖੀ ਹੀਟ, ਹੀਟ ਥੋੜੀ ਜ਼ਿਆਦਾ ਗਰਮ ਰੱਖੀ। ਦੇਖਦੇ ਹਾਂ ਮਿੱਤਰੋ ਚਾਹ ਬਣਦੀ ਹੈ ਜਾਂ ਨਹੀਂ ਬਣਦੀ। ਇਹਨੂੰ ਪਿਆ ਰਹਿਣ ਦਿੰਦੇ ਹੁਣ ਆਪਾਂ ਥੋੜੀ ਦੇਰ। ਥੋੜੇ ਕਰਕੇ ਮੈਂ ਆਹ ਪੰਗਾ ਲੈਣ ਲੱਗਾ, ਕਿਉਂਕਿ ਮੇਰੇ ਕੋਲ ਕੱਲ੍ਹ ਵਲੋਗ ਨਹੀਂ ਸੀਗਾ ਉੱਦਾਂ ਵੀ ਕੋਈ ਪਾਉਣ ਵਾਸਤੇ। ਅਤੇ ਮੈਂ ਸੋਚਿਆ ਕਿ ਚੱਲ ਸ਼ਿਨੂ ਨੂੰ ਉਠਾਉਣਾ ਇਸੇ ਬਹਾਨੇ, ਨਾਲੇ ਵਲੋਗ ਬਣ ਜੂਗਾ ਅਤੇ ਨਾਲੇ ਐਕਸਪੈਰੀਮੈਂਟ ਹੋ ਜੂਗਾ ਕਿ ਦੇਖੀਏ ਚਾਹ ਬਣਦੀ ਜਾਂ ਨਹੀਂ ਬਣਦੀ। ਜੇ ਚਾਹ ਬਣ ਗਈ ਅਤੇ ਜਦੋਂ ਸਿਲੰਡਰ ਮੁੱਕ ਗਿਆ, ਰੋਟੀ ਤਾਂ ਆਪਾਂ ਬਾਹਰੋਂ ਖਾਈਦੀ ਆ, ਚਾਹ ਹੀ ਬਣਾਉਣੀ ਹੁੰਦੀ ਆ, ਉਹ ਆਪਾਂ ਇਹਦੇ 'ਚ ਬਣਾ ਦਿਆ ਕਰਨਾਗੇ। ਹਾਂਜੀ ਰੋਟੀ ਬਣੀ ਆ ਮੈਂ, ਠੀਕ ਆ? ਤੇ ਬਾਕੀ ਦੇਖਦੇ ਆ ਕੀ ਬਣਦਾ, ਜੁੜੇ ਰਹੋ ਵਲੌਗ ਦੇ ਨਾਲ। ਸੋ ਆਹ ਦੇਖੋ ਮਿੱਤਰੋ, ਥੱਲੋਂ ਡੰਡੀਆਂ ਜਿਹੀਆਂ ਲਾਲ ਹੋ ਗਈਆਂ ਰਾੜਾਂ ਇਹਦੀਆਂ, ਉੱਪਰਲੀਆਂ ਵੀ ਰਾੜਾਂ ਲਾਲ ਹੋ ਗਈਆਂ ਆ। ਤੇ ਬਸ ਬਾਬੇ ਦੀ ਕਿਰਪਾ ਨਾਲ ਚਾਹ ਬਣ ਜਾਵੇ ਨਾ, ਸਵਾਦ ਆ ਜਾਣਾ ਸ਼ਿਨੂ ਜੀ, ਚਾਹ ਬਣ ਗਈ। ਮੈਂ ਕਿਹਾ ਤੁਮ ਖੜੇ ਰਹੋ, ਮੈਂ ਤਾਂ ਖੜਾ ਹੀ ਆ ਇੱਥੇ ਖੜੇ ਰਹੋ। ਇਹ ਮੈਨੂੰ ਨਾ ਸਾਜਨ ਨੇ ਦਵਾਇਆ ਸੀਗਾ, ਮੈਂ ਲੈਣ ਮਾਈਕ੍ਰੋਵੇਵ ਗਿਆ ਸੀ, ਮੈਨੂੰ ਸਾਜਨ ਨੇ ਆਹ ਦਵਾਤਾ ਸੀਗਾ, ਕਹਿੰਦਾ ਇਹਦੇ 'ਚ ਸਾਰਾ ਕੁਛ ਬਣ ਜਾਂਦਾ। ਜੇ ਸਾਜਨਾ ਇਹਦੇ 'ਚ ਚਾਹ ਨਾ ਬਣੀ ਫਿਰ ਮੈਂ ਤੇਰਾ ਮੋਰ ਬਣਾਉਣਾ, ਠੀਕ ਹੈ ਸਾਜਨਾ? ਜੇ ਬਣ ਗਈ ਤਾਂ ਦਵਾਵਾਂ ਦਊਂਗਾ ਤੈਨੂੰ ਕਿ ਚਾਹ ਬਣ ਗਈ ਆ। ਓਕੇ ਕੁੜੀਏ, ਤੂੰ ਖੜੀ ਨਾ ਰਹਿ, ਮੈਂ ਖੜਾ, ਜਦੋਂ ਉਬਾਲਾ ਆਇਆ ਮੈਂ ਬੰਦ ਕਰ ਦੂੰਗਾ ਆਪ ਹੀ। ਪੱਕੀ ਬਾਤ ਹੈ, ਮੈਂ ਆਪਣੀ ਮੂਵੀ ਕੰਪਲੀਟ ਕਰ ਲੂੰ। ਨਹੀਂ ਨਹੀਂ, ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ, 5-10 ਮਿੰਟ ਖੜ ਜਾ, ਦੇਖਦੇ ਚਾਹ ਬਣਦੀ ਕਿ ਨਹੀਂ। ਆਹ ਇਹਦਾ ਬਟਨ ਆ ਟੈਂਪਰੇਚਰ ਦਾ, ਟੈਂਪਰੇਚਰ ਸ਼ਿਨੂ ਨੇ ਫੁੱਲ ਕੀਤਾ ਹੋਇਆ। ਅਤੇ ਆਹ ਜਿਹੜਾ ਬਟਨ ਆ ਇਹ ਰਾੜਾਂ ਦਾ ਹੈ ਕਿ ਉੱਪਰਲੀ ਰਾੜ ਚਲਾਉਣੀ, ਥੱਲੇ ਵਾਲੀ ਰਾੜ ਚਲਾਉਣੀ। ਆਪਾਂ ਇਹਦਾ ਮੂੰਹ ਥੱਲੇ ਨੂੰ ਪੀਤਾ, ਦੇਖੋ ਕਿ ਦੋਨੋਂ ਚਲਾਉਣੀ ਆ। ਟਾਈਮਿੰਗ ਲਾਤੀ ਨੇ 1.5 ਘੰਟੇ ਦੀ, 1.5 ਘੰਟੇ ਦੀ ਚਾਹ, 1.5 ਘੰਟੇ ਚਾਹ ਬਣਨੀ ਆ ਇਹ। ਰਾੜ ਆਫ ਔਨ ਆਫ ਹੁੰਦੀ ਰਹਤੀ ਹੈ, ਤੋ ਕਰਕੇ ਲਗਾਈ। ਅੱਛਾ, ਪਰ ਉੱਪਰਲੀ ਰਾੜ ਤਾਂ ਮੈਨੂੰ ਲੱਗਦਾ ਸ਼ਿਨੂ ਜ਼ਿਆਦਾ ਗਰਮ, ਥੱਲੇ ਵਾਲੀਆਂ ਨੂੰ ਟਾਈਮ ਲੱਗ ਰਿਹਾ ਹਲੇ, ਉੱਪਰ ਵਾਲੀਆਂ ਤਾਂ ਲਾਲ ਹੋਈਆਂ ਵੀਆਂ। ਸਵੇਰ ਦੀ ਰੋਟੀ ਖਵਾਈ ਇੱਕ ਵਾਰ ਵੀ, ਤੈਨੂੰ ਇੱਕ ਚਾਹ ਹੀ ਬਣਾਉਣ ਨੂੰ ਕਿਹਾ। ਉਹ ਤੁਹਾਨੂੰ ਅੱਜ ਇੱਕ ਹੋਰ ਗੱਲ ਦੱਸਦਾ, ਮੈਂ ਸਵੇਰੇ ਵਲੌਗ ਬਣਾਉਂਦਾ ਪਿਆ ਸੀਗਾ, ਅੱਜ ਕੈਮਰੇ ਲੈਣ ਜਾਣੇ ਸੀਗੇ, ਮੈਂ ਨਾ ਫਲੈਟ 'ਚ ਕੈਮਰੇ ਲਵਾਉਣੇ ਸੀ ਉੱਦਾਂ ਹੀ ਵੈਸੇ ਹੀ, ਕਿ ਸਾਰਾ ਦਿਨ ਅਸੀਂ ਘਰੋਂ ਬਾਹਰ ਹੁੰਦੇ ਹਾਂ ਕਿ ਸਨੈਪੀ ਸਕੂਬੀ, ਚਲੋ ਫਲੈਟ ਦੇ ਵਿੱਚ ਹੁੰਦੇ ਆ, ਆਪਾਂ ਕੈਮਰੇ ਰਾਹੀਂ ਦੇਖਾਂਗੇ ਅਤੇ ਇੱਕ ਸਪੀਕਰ ਲਵਾਵਾਂਗੇ ਕਿ ਦੇਖਾਂਗੇ ਕਰਦੇ ਕੀ ਆ ਪਿੱਛੋਂ ਸਾਰਾ ਦਿਨ, ਅਤੇ ਜਦੋਂ ਇਹ ਬੈਠੇ ਹੋਣਗੇ ਇਹਨਾਂ ਨੂੰ ਆਪਾਂ ਬੋਲ ਸਕੀਏ, ਇਹਨਾਂ ਨੂੰ ਆਵਾਜ਼ਾਂ ਦੇ ਸਕੀਏ,
ਤੇ ਖੁਸ਼ ਹੁੰਦੇ ਰਹਿਣਾ, ਇਹਨਾਂ ਨੂੰ ਪਤਾ ਲੱਗਦਾ ਰਹੇਗੀ ਕਿ ਉਹ ਸਾਡੇ ਕੋਲ ਹੀ ਆ। ਹੈ ਸਾਰਾ ਵਲੋਗ ਬਣਾਉਂਦਾ ਸੀ, ਸਾਰਾ ਵਲੋਗ ਕਿਸੇ ਨੇ ਮੈਨੂੰ ਕਹਿਤਾ 1000-1500 ਰੁਪਏ ਦਾ ਕੈਮਰਾ। ਮੈਂ ਕਿਹਾ ਚਲੋ 3-4 ਕੈਮਰੇ ਲਵਾਂਗੇ, 2 ਬਾਹਰ ਲਵਾਵਾਂਗੇ, 2 ਅੰਦਰ ਲਵਾਵਾਂਗੇ, 8-5-7 ਹਜ਼ਾਰ ਵਿੱਚ ਸਰਜੂਗਾ। ਜਦੋਂ ਮੈਂ ਕੈਮਰੇ ਵਾਲੀ ਦੁਕਾਨ 'ਤੇ ਗਿਆ, ਇੱਥੋਂ ਦੀ ਮੈਂ ਸਾਰਾ ਵਲੋਗ ਬਣਾਉਂਦਾ ਗਿਆ, ਘੱਟੋ ਘੱਟ 10-12 ਮਿੰਟ ਦਾ ਵਲੋਗ ਮੈਂ ਬਣਾ ਦਿੱਤਾ ਸੀਗਾ ਸਾਰਾ, ਕਿ ਇੱਥੇ ਖੱਪ ਕਰਦੇ ਦਾ, ਉੱਥੇ ਜਾਂਦੇ ਦਾ, ਦੁਕਾਨ 'ਤੇ ਜਾਂਦੇ ਦਾ। ਬੰਦੇ ਸਾਨੂੰ ਕਹਿੰਦੇ ਕਿ ਜਦੋਂ ਮੈਂ ਦੁਕਾਨ 'ਤੇ ਜਾ ਕੇ ਕੈਮਰਾ ਖੋਲ੍ਹਿਆ, ਮੈਂ ਉੱਥੇ ਵੀ ਵਲੋਗ ਬਣਾਉਣ ਲੱਗ ਗਿਆ, ਅਤੇ ਬੰਦੇ ਮੈਨੂੰ ਕਹਿਣ ਕਿ ਭਾਅ ਜੀ ਅਸੀਂ ਤੁਹਾਡੇ ਵਲੋਗ ਦੇਖਦੇ ਹਾਂ, ਤੁਸੀਂ ਸਾਡੀ ਕਲਿੱਪਾਂ ਪਾ ਦਿਓ, ਮੈਨਸ਼ਨ ਕਰ ਦਿਓ ਸਾਡੀ ਦੁਕਾਨ ਦਾ ਨਾਮ। ਮੈਂ ਕਿਹਾ ਠੀਕ ਹੈ ਜੀ। ਅਤੇ ਜਦੋਂ ਮੈਂ ਉਹ ਕੈਮਰੇ ਪੁੱਛੇ ਤਾਂ ਇੱਕ ਕੈਮਰਾ 5000 ਰੁਪਏ ਦਾ, ਅਤੇ 4 ਕੈਮਰੇ ਚਾਹੀਦੇ ਸੀ 20000 ਰੁਪਏ ਦਾ, ਉਹ ਇੱਕ ਉਹਦੇ ਨਾਲ DVR ਪਤਾ ਨਹੀਂ ਕੀ ਲੱਗਦਾ, ਅਤੇ 5-6 ਹਜ਼ਾਰ ਰੁਪਏ ਦਾ ਉਹ ਕੈਮਰੇ ਪੈਣੇ ਸੀ 30-35 ਹਜ਼ਾਰ ਰੁਪਏ 'ਚ। ਮੈਂ ਦੁਕਾਨ ਤੋਂ ਬਾਹਰ ਨਿਕਲਿਆ ਬਾਈ ਨੂੰ ਕਹਿ ਕੇ ਕਿ ਮੈਂ ਕਿਹਾ ਮੈਂ ਥੋੜ੍ਹੀ ਸਲਾਹ ਕਰ ਲਵਾਂ ਘਰੇ ਫੋਨ ਲਾ ਕੇ, ਅਤੇ ਜਿੱਦਾਂ ਹੀ ਮੈਂ ਘਰੋਂ ਉੱਥੇ ਦੁਕਾਨ 'ਚੋਂ ਬਾਹਰ ਨਿਕਲਿਆ, ਬਿੱਲਾ ਮੇਰੇ ਨਾਲ ਸੀ, ਸਾਰੀਆਂ ਕਲਿੱਪਾਂ ਸਿਲੈਕਟ ਕੀਤੀਆਂ, ਡਿਲੀਟ ਆਲ, ਸਾਰਾ ਵਲੋਗ ਡਿਲੀਟ। ਠੀਕ ਆ, ਅਤੇ ਇਹ ਹੁੰਦਾ ਰਹਿੰਦਾ, ਕੋਈ ਚੱਕਰ ਨਹੀਂ। ਅਤੇ ਫਿਰ ਮੈਂ ਸੋਚਿਆ ਸੀਗਾ ਕਿ ਚਲੋ ਕੋਈ ਗੱਲ ਨਹੀਂ, ਇੱਕ ਦਿਨ ਦਾ ਰੈਸਟ ਲੈ ਲੈਂਦੇ ਹਾਂ, ਵਲੋਗ ਤਾਂ ਕੀ ਪਾਉਣਾ, ਪਰ ਤੁਹਾਡੇ ਕਰਕੇ ਇੱਕ ਆਹ ਚਾਹ ਵਾਲਾ ਰਿਸਕ ਲੈਣ ਲੱਗਾ, ਉਹ ਚ ਬਣਾਉਣ ਲੱਗਾ, ਇਹਦਾ ਵਲੋਗ ਬਣਾ ਦਾਂਗੇ। ਕੋਈ ਗੱਲ ਨਹੀਂ, 8-10 ਮਿੰਟ ਦਾ ਹੋਊਗਾ, ਦੇਖਿਓ ਜ਼ਰੂਰ, ਤੁਹਾਨੂੰ ਇਹੀ ਨੌਲੇਜ ਹੀ ਆ ਕਿ ਚਾਹ ਬਣਦੀ ਹੈ ਜਾਂ ਨਹੀਂ ਬਣਦੀ। ਅਤੇ ਸਾਨੂੰ 4-5 ਮਿੰਟ ਹੋ ਚੁੱਕੇ ਆ, ਇਹਦੇ ਵਿੱਚ ਉਹ ਪਤੀਲਾ ਜਿਹਾ ਰੱਖੇ ਨੂੰ, ਇਹੀ ਦੇਖਣ ਨੂੰ ਕਿ ਚਾਹ ਬਣ ਗਈ ਜਾਂ ਡੋਂਗਾ ਕਹਿ ਲਾ, ਪਤੀਲਾ ਕਹਿ ਲਾ, ਹੈ ਬਣਾਉਣ ਤਾਂ ਚਾਹ ਹੀ ਲੱਗੀ ਹੈ ਨਾ, ਕਾਹਦੇ ਟੈਂ ਟੈਂ ਮੇਰੇ ਦਿਮਾਗ ਨੂੰ ਲਾਈ ਹੋਈ ਆ। ਤੁਸੀਂ ਪਹਿਲੇ ਮਾਈਕ੍ਰੋਵੇਵ ਲਿਖਾ ਦਿੰਦੇ ਆ, ਕੋਈ ਹਲੇ ਉਬਾਲਾ ਉਬੁਲਾ ਆਇਆ ਨਹੀਂ, ਕੋਈ ਲੱਗ ਨਹੀਂ ਗਿਆ, ਹੈ ਉਹੀ ਆ। ਨਾ 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 ਨਾ, ਰਹਿਣ ਦੇ ਕਿਉਂ ਖੋਲਣੀ ਆ, ਮੁੜ ਕੇ ਫੇਰ 10-15 ਮਿੰਟ ਹੋਰ ਰੱਖਣੀ ਪੈਣੀ ਇਹਦੀ। ਓਕੇ ਅੰਕ, ਤੁਸੀਂ ਖੜਵਾ ਚੜੇਲ ਤੋਂ। ਜਿੱਦਾਂ ਰਾੜਾਂ ਚੱਲਦੀਆਂ, ਮੇਰੇ ਹਿਸਾਬ ਨਾਲ ਤਾਂ ਨਹੀਂ ਚਾਹ ਬਣਦੀ, ਰਾੜ ਕਦੀ ਬੰਦ ਹੋ ਜਾਂਦੀ ਆ, ਕਦੀ ਚੱਲ ਪੈਂਦੀ ਆ, ਇਹ ਚੱਕਰ ਕੀ ਆ ਸ਼ਿਨੂੰ ਵੈਸੇ? ਆ ਮੈਂ ਔਨਲਾਈਨ ਮੰਗਾਈ ਸੀ ਇੱਕ ਚੀਜ਼, ਕਿ ਮੈਂ ਕਿਹਾ ਚਲੋ ਮੇਰੀ ਨਾ ਗਰਦਨ ਬਹੁਤ ਦੁੱਖਦੀ ਸੀ, ਇਹ ਕਿਸੇ ਕੰਮ ਦੀ ਨਹੀਂ ਹੈਗੀ, ਜੇ ਤੁਹਾਨੂੰ ਵੀ ਔਨਲਾਈਨ ਸ਼ੋਅ ਹੋਵੇ ਤੇ ਮੰਗਾਇਓ ਨਾ, 2-250 ਰੁਪਏ ਦੀ ਆ, ਕੋਈ ਕੰਮ ਦੀ ਨਹੀਂ ਹੈਗੀ ਇਹ ਚੀਜ਼। ਤੇ ਬਾਕੀ ਇੱਧਰ ਦੇਖਦੇ ਆ, ਆ ਦੇਖੋ ਫੇਰ ਰਾੜਾਂ ਲਾਲ ਹੋਣ ਲੱਗ ਗਈਆਂ ਨਾ ਜ਼ਿਆਦਾ, ਇਹ ਕਦੀ ਬੰਦ ਹੋ ਜਾਂਦੀਆਂ, ਕਦੀਆਂ ਚੱਲ ਪੈਂਦੀਆਂ। ਮੈਨੂੰ ਲੱਗਦਾ ਇੱਧਰ 30 ਮਿੰਟ ਦੁਬਾਰਾ ਲਾਉਣੇ ਪੈਣੇ ਆ। 30 ਮਿੰਟ ਲਾਏ ਸੀ, ਕਿੰਨੇ ਹੋ ਗਏ? ਕਿੰਨੇ ਲਾਏ ਸੀ? 25 ਮਿੰਟ ਰਹਿ ਗਏ, 25 ਮਿੰਟ ਰਹਿ ਗਏ, 25 ਮਿੰਟ, ਅੱਧੇ ਘੰਟੇ 'ਚ ਚਾਹ ਬਣੂਗੀ। ਟਾਈਮ ਦੋ ਇਸਕੋ। ਨਹੀਂ ਨਹੀਂ, ਪੈਰਾਂ ਦੇ ਅੱਧੇ ਘੰਟੇ 'ਚ ਚਾਹ ਬਣੂਗੀ। ਕਿਸੇ ਕੋ ਦੇ ਦੂੰਗੀ ਨਾ। ਮੈਂ ਤੈਨੂੰ ਪੁੱਛ ਰਿਹਾ, ਮੈਂ ਤੈਨੂੰ ਪੁੱਛ ਰਿਹਾ, ਅੱਧੇ ਘੰਟੇ 'ਚ ਚਾਹ ਬਣੂਗੀ? ਮੁੱਝੇ ਕਿਆ ਪਤਾ ਗਿਆ ਸੀਗੇ, ਜੇ ਮੈਨੂੰ ਬੋਲਾ ਤਾਂ ਕਿ ਸੋ ਜਾ ਚੁੱਪ ਕਰਕੇ, ਗਏ ਤੇ ਚਾਹ ਪੀਣੀ ਮੈਂ। ਅੱਲਾ ਫੇਰ ਰਵੜਾ ਬੰਦ ਹੋ ਗਈਆਂ। ਇਸੇ ਚ ਤਾਂ ਉਹ ਹੁੰਦਾ ਹੈ, ਉਹ ਕਿਆ ਬੋਲ ਤੂੰ ਉਸਕੋ, ਐਕਸਟਰਾ ਪ੍ਰੈਸ਼ਨ ਚੁੱਲਾ, ਇਲੈਕਟ੍ਰੀਕਲ ਚੁੱਲਾ। ਹਾਂ, ਗਰਮ ਹੋ ਗਿਆ ਹਾਂ, ਉੱਪਰ ਜਿਵੇਂ ਗਰਮ ਹੋ, ਅੰਦਰੋਂ ਚਾਹ ਉਬਲੀ ਨਹੀਂ ਤੇ ਬਹੁਤ ਗਰਮ ਹੋ ਗਿਆ ਯਾਰ ਇਹ ਤਾਂ। ਹੈ ਇਦਾਂ ਕੋਈ ਡਰ ਡਰ ਤਾਂ ਨਹੀਂ, ਪੜਾਕਾ ਪੜੁਕਾ ਤਾਂ ਨਹੀਂ ਪੈ ਜਾਂਦਾ? ਨਹੀਂ ਪਤਾ ਤੈਨੂੰ ਵੀ ਨਹੀਂ? ਨਹੀਂ, ਮੈਂ ਇਤਨੀ ਵਾਰ ਤੋਂ ਯੂਜ਼ ਕਰਕੇ ਦੇਖਾ, ਕੁਝ ਪੜਾਕਾ ਨਹੀਂ ਪੜਾ। ਮੈਨੂੰ ਲੱਗਦਾ ਜਿਸ ਹਿਸਾਬ ਨਾਲ ਪੜਾਕਾ ਹੀ ਨਾ ਪੈ ਜਾਏ, ਅਭੀ ਬਰਤਨ ਗਰਮ ਹੋਏਗਾ, ਬਰਤਨ ਗਰਮ ਹੋਣੇ ਕੇ ਬਾਅਦ ਦੁੱਧ ਗਰਮ ਹੋਏਗਾ। ਜਿਸ ਹਿਸਾਬ ਨਾਲ ਸ਼ਿਨੂੰ ਆ ਗਰਮ ਆ ਅੰਦਰ, ਤਾਂ ਉਹ ਬਰਤਨ ਬਹੁਤ ਗਰਮ ਹੋਊਗਾ। ਬਰਤਨ ਹੀ ਹੋਏਗਾ ਨਾ ਗਰਮ, ਦੁੱਧ ਵੀ ਤਾਂ ਗਰਮ ਹੋਣਾ ਚਾਹੀਏ। ਅੱਛਾ, ਜੇ ਬਰਤਨ ਗਰਮ ਹੋਊਗਾ ਕਮਲੀਏ, ਦੁੱਧ ਤਾਂ ਹੀ ਗਰਮ ਹੋਊਗਾ। ਬੇਵਕੂਫ, ਥੋੜੇ ਦੇਰ ਪਹਿਲੇ ਮੈਂ ਵੀ ਸਬਜ਼ੀ ਰੱਖੀ ਸੀ ਗਰਮ ਕਰਨ ਕੇ ਲਈ, ਬਰਤਨ ਪ੍ਰੋਪਰ ਗਰਮ ਤਾਂ, ਅੰਦਰ ਸਬਜ਼ੀ ਪ੍ਰੋਪਰ ਠੰਡੀ ਸੀ। ਅੱਛਾ, ਇਦਾਂ ਚੱਕਰ ਆ ਇਹਦਾ। ਚਾਹ ਪੀਣੀ ਆ ਮੈਂ, ਅੱਧੇ ਘੰਟੇ ਕਰਦੇ ਨੀਂਦ ਆਈ ਨੀ ਮੈਨੂੰ, ਚਾਹ ਪੀਣੀ ਆ, ਮਾਗੀ ਦਾ ਥੋੜਾ ਖਾਣੀ ਆ ਨਾ। ਸੋ ਗਾਇਜ਼, ਇੱਥੇ ਖੜੇ ਨੂੰ 5 ਮਿੰਟ ਹੋ ਚੁੱਕੇ, ਇਦਾਂ ਹੀ ਦੇਖਦਾ ਪਿਆ, ਮਾੜੀ ਮਾੜੀ ਪੱਤੀ ਅੰਦਰ ਉਬਲਣ ਜਿਹੀ ਤਾਂ ਲੱਗੀ ਆ, ਗੌਰ ਨਾਲ ਦੇਖਿਓ, ਸ਼ਾਇਦ ਹੀ ਦੇਖੇ ਕੈਮਰੇ 'ਚੋਂ। ਅਤੇ 15-20 ਮਿੰਟ ਹੋ ਗਏ ਸਾਨੂੰ ਇਹਨੂੰ ਇੱਦਾਂ ਹੀ ਰੱਖੇ ਨੂੰ ਅੰਦਰ, ਪਰ ਹਾਲੇ ਤੱਕ ਕੋਈ ਰਿਸਪੋਂਸ ਨਹੀਂ ਹੈਗਾ। ਮੈਂ ਭਾਵੇਂ ਇਹਦੇ ਕੋਲ ਖੜ੍ਹਾ, ਇੱਦਾਂ ਖੜ੍ਹਾ ਨਾ, ਤਾਂ ਸੇਕਾ ਇੱਥੇ ਤੱਕ ਆ, ਬਾਹਰ ਤੱਕ ਐਨ ਸੇਕਾ ਮਾਰਦੀ ਪਈ ਆ, ਪਰ ਅੰਦਰ ਚਾਹ ਕੋਈ ਰਿਸਪੋਂਸ ਨਹੀਂ, ਹਾਲੇ ਤੱਕ ਚਾਹ ਨੂੰ ਕੋਈ ਉਬਾਲਾ ਨਹੀਂ ਹੈਗਾ। ਵਿੱਚ ਵਿੱਚ ਨਾ ਇਹ ਬਹੁਤ ਪੰਗਾ ਆ, ਕਦੀ ਰੌੜਾਂ ਬੰਦ ਹੋ ਜਾਂਦੀਆਂ ਆਪ ਹੀ ਚੱਲ ਪੈਂਦੀਆਂ, ਆਪ ਹੀ ਬੰਦ ਹੋ ਜਾਂਦੀਆਂ, ਆਪ ਹੀ ਚੱਲ ਪੈਂਦੀਆਂ। ਜੇ ਕਿਸੇ ਦੇ ਕੋਲ ਇੱਦਾਂ ਦਾ ਓਵਨ ਹੈਗਾ ਆ ਤਾਂ ਜ਼ਰੂਰ ਮੈਨੂੰ ਨਾ ਕਮੈਂਟ, ਮੈਂ ਸਾਰੇ ਪੜ੍ਹਦਾ, ਕਮੈਂਟ ਦੇ ਵਿੱਚ ਦੱਸਿਓ ਇਹਨੂੰ ਯੂਜ਼ ਚੰਗੀ ਤਰ੍ਹਾਂ ਕਿੱਦਾਂ ਕਰਦੇ ਆ। ਯੂਟਿਊਬ 'ਤੇ ਨਹੀਂ ਸਮਝਾਉਂਦੇ ਚੰਗੀ ਤਰ੍ਹਾਂ, ਤੁਸੀਂ ਸਮਝਾਇਓ ਮੈਨੂੰ ਕਮੈਂਟਾਂ ਦੇ ਵਿੱਚ ਇਹਨੂੰ ਕਿੱਦਾਂ ਯੂਜ਼ ਕਰਦੇ ਆ। ਨੋ
ਇਧਰ ਆ ਜਾ ਮੈਂ ਠੇਕਾ ਨਹੀਂ ਲਿਆ ਉੱਥੇ ਕੱਲਾ ਅੱਧਾ ਘੰਟਾ ਹੋ ਗਿਆ ਮੈਨੂੰ ਖੜੇ ਨੂੰ ਹਲੇ ਤੱਕ ਚਾਹ ਨਹੀਂ ਉਬਲੀ ਤੂੰ ਆਰਾਮ ਨਾਲ ਪੈ ਗਈ ਇੱਥੇ ਹੈਂ ਚਲ ਆ ਮੜਾ ਜਾ ਦੇਖ ਛੇਤੀ ਛੇਤੀ ਨੂੰ ਕੁਛ ਕਰ ਯਾਰ ਯਾਰ ਜਿਹਨੂੰ ਆ ਜਾ ਯਾਰ ਮੈਂ ਆਪ ਹੀ ਦੇਖ ਲੂੰਗਾ ਰੋਣ ਨਾਲੋਂ ਚੰਗਾ ਮਿੱਤਰੋ ਕੀ ਕੀਤਾ ਜਾਵੇ ਕੀ ਕੀਤਾ ਜਾਵੇ ਸ਼ਿਨੂ ਮੁਬਾਰਕਾਂ ਉਬਾਲਾ ਆ ਗਿਆ ਹਾਂ ਆ ਜਾ ਭੱਜ ਕੇ ਉਬਾਲਾ ਆ ਰਿਹਾ ਉਬਾਲਾ ਚਾਹ ਨੂੰ ਮਜ਼ਾਕ ਦੀ ਗੱਲ ਨੀ ਭੱਜ ਕੇ ਆ ਦੇਖ ਉਬਾਲਾ ਆ ਰਿਹਾ ਚੈੱਕ ਕਰ ਚਾਹ ਦੀ ਖੁਸ਼ਬੂ ਵੀ ਆ ਰਹੀ ਬਾਹਰ ਤੱਕ ਨਾਲੇ ਪੱਕੀ ਹੋਈ ਹੋਗੀ ਪ੍ਰੋਪਰ ਚਾਹ ਕਾਲੀ ਹੋ ਗਈ ਹੈ ਸ਼ਿਨੂ ਧਿਆਨ ਨਾਲ ਦੇ ਉੱਤੋਂ ਦਾ ਪੀਜੇ ਵਾਂਗੂ ਰੜ ਗਈ ਆ ਅੰਦਰੋਂ ਓਦੇ 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 ਔਰ ਦੇਖੋ ਯਾਰ ਇਹ ਖਰਾਬ ਹੀ ਹੋ ਗਿਆ ਮੈਨੂੰ ਕੋ ਸਾਫ ਕਰਨਾ ਪੜੇਗਾ ਪਲੀਜ਼ ਨਹੀਂ ਤਾਂ ਉਸਕੇ ਪੱਕੇ ਦਾਗ ਲੱਗ ਜਾਏਗਾ ਖੋਲ ਨਾ ਮਾ ਫੇ ਹਾਂ ਕਰੋ ਬੰਦ ਕਰੀ ਰੁਕੋ ਚਲੋ ਮਿੱਤਰੋ ਖੋਲ ਕੇ ਦੇਖੀ ਹੁਣ ਇਹਨੂੰ ਕੀ ਰਿਜ਼ਲਟ ਹੈ ਇਹਦਾ ਘੰਟੀ ਦੀ ਆਵਾਜ਼ ਆਈ ਜਿਹਦਾ ਸਾਈਕਲ ਦੀ ਘੰਟੀ ਹੁੰਦੀ ਆ ਹਟੋ 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 ਆ ਛੱਡਾ ਉਹ ਤੁਹਾਡੀ ਭੈਣ ਨੂੰ ਚਾਹ ਦਾ ਲਾਲ ਕਰਤੀ ਹਾਂ ਲੈ ਧਿਆਨ ਨਾਲ ਕੱਢੀ ਇਹਨੂੰ ਬਾਹਰ ਲੋ ਵੀ ਮਿੱਤਰੋ ਉਬਲਦੀ ਵੀ ਚਾਹ ਤਾਂ ਨਹੀਂ ਬਣੀ ਸ਼ਿਨੂੰ ਹਲੇ ਲੈ ਫੇਰ ਉਹਨੂੰ ਗਰਮ ਕਰਨ ਨੂੰ ਟਾਈਮ ਲੱਗਣਾ ਕੀ ਗੱਲਾਂ ਕਰਦੀਆਂ ਤੂੰ ਪਈ ਰਹਿਣ ਦਿੰਦੀ ਇਹਨੂੰ ਤੈਨੂੰ ਅੱਗ ਹੀ ਬਹੁਤ ਲੱਗੀ ਹੈ ਤੈਨੂੰ ਐਂ ਆ ਕਿ ਛੇਤੀ ਛੇਤੀ ਨੂੰ ਪਿਲਾ ਦੇਵਾਂ ਚਾਹ ਤੇ ਬਸ ਦੋ ਘੁੱਟ ਭਰ ਕੇ ਦੇਖ ਚਾਹ ਦੇ ਅੰਕੂ ਬਣ ਗਈ ਹੈ ਪੂਰੀ ਚਾਹ ਯਾਰ ਪੱਕੀ ਗੱਲ ਆ ਪੱਕੀ ਗੱਲ ਹੈ ਚੱਲ ਮੈਨੂੰ ਚਮਚ ਪੀ ਕੇ ਦਿਖਾ ਇੱਕ ਘੁੱਟ ਪੀ ਕੇ ਤਾਂ ਦਿਖਾ ਇੱਕ ਚਾਹ ਦਾ ਟੇਸਟ ਵਾਸਤੇ ਪਹਿਲਾਂ ਤੈਨੂੰ ਹਨਾ ਜੇ ਬੇਕਾਰ ਹੋਈ ਤੂੰ ਆਪ ਦੱਸ ਦੂੰਗੀ ਫਿਰ ਮੈਂ ਨਹੀਂ ਪੀਊਂਗਾ ਦੱਸ ਪੀ ਕੇ ਕਿੱਦਾਂ ਦੀ ਬਣੀ ਗਰਮ ਗਰਮ ਹੋਰ ਕੀ ਇੰਨੀ ਵੀ ਨਹੀਂ ਗਰਮ ਹੋਣੀ ਜਿੰਨੀ ਤੂੰ ਸਮਝਦੀ ਵੀ ਆ ਧੂੰਆਂ ਦਾ ਪੂਰਾ ਮਾਰਦੇ ਪੀਏ ਚਾਹ ਬਸ ਥੋੜ੍ਹਾ ਸਾ ਮਿੱਠਾ ਜ਼ਿਆਦਾ ਹੈ ਹੈਂ ਥੋੜ੍ਹਾ ਸਾ ਫਿਰ ਇਹਨੂੰ ਪਾਣੀ ਪਾ ਕੇ ਹੋਰ ਰੱਖ ਦੇ ਵਿੱਚ ਦੁਬਾਰਾ ਨਹੀਂ ਇੱਕ ਨੰਬਰ ਨਹੀਂ ਹੈ ਲੋ ਮੈਂ ਚੈੱਕ ਕਰਕੇ ਦੱਸਦਾ ਦੋਸਤੋ ਕਰੋ ਨਾ ਪਿੱਛੇ ਜਲ ਜਾਓਗੇ ਬਹੁਤ ਜ਼ਿਆਦਾ ਮਿੱਠਾ ਪਰ ਚਾਹ ਸਵਾਦ ਬਣੀ ਆ ਤਾਂ ਬੋਲੂ ਪੀ ਲੋ ਅੱਧੀ ਦੀ ਪੀਣੀ ਮੈਂ ਪੂਰੀ ਨਹੀਂ ਪੀਣੀ ਮਿੱਠੇ ਵਾਲੀ ਅੱਧੀ ਦੀ ਪੀਣੀ ਲੋ ਵੀ ਮਿੱਤਰੋ ਮੈਂ ਕਹਿੰਦਾ ਐਕਸਪੈਰੀਮੈਂਟ ਸਾਡਾ ਕਾਮਯਾਬ ਹੋ ਗਿਆ ਚਾਹ ਬਣ ਗਈ ਪਰ ਚਾਹ ਗੈਸ ਨਾਲੋਂ ਜ਼ਿਆਦਾ ਸਵਾਦ ਚਾਹ ਬਣੀ ਆ ਸੱਚੀ ਗੱਲ ਆ ਇਹ ਮਜ਼ਾਕ ਦੀ ਗੱਲ ਨਹੀਂ ਚਿੰਨੂ ਚਾਹ ਅੰਦਰ ਹੀ ਛੱਡਾ ਇੰਨੇ ਤੋਂ ਲਗਾਇਆ ਨਾ ਘੜਨੇ ਕੇ ਪਰ ਲੱਗਾ ਬਾਈ ਸੱਚੀ ਦੱਸਾਂ 25 ਤੋਂ 30 ਮਿੰਟ ਲੱਗੇ ਆ ਚਾਹ ਬਣਨ ਨੂੰ ਤੇ ਹੁਣ ਚਾਹ ਪੀਏ ਚਾਹ ਦਾ ਪੂਰਾ ਰੰਗ ਆਇਆ ਨਾ ਆਪ ਆਪ ਤੋ ਗਲਾਸ ਮੈਂ ਬੋਲੇ ਥੇ ਨਾ ਪੀਣੇ ਕੇ ਲਈ ਮੈਂ ਥੋੜੀ ਜਿਹੀ ਪੀਣੀ ਆ ਜਿਸ ਹਿਸਾਬ ਨਾਲ ਤੂੰ ਮਿੱਠਾ ਪਾਤਾ ਇਹਨਾਂ ਦੇ ਤੁਸੀਂ ਚਾਹ ਪੀਣ ਤੇ ਮਿੱਠਾ ਪਾ ਕੇ ਤੂੰ ਸਾਰਾ ਕੰਮ ਖਰਾਬ ਕਰਦਾ ਚੁੱਪ ਰਹੋ ਕਰੋ ਮੈਂ ਬੋਲਦੀ ਆ ਚਾਹ ਪੀ ਲੋ ਚੁੱਪ ਕਰਕੇ ਚਾਹ ਉੱਚ ਪੀਣੀ ਹੀ ਯਾਰ ਮੈਂ ਬਸ 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 ਇੰਨੀ ਨਹੀਂ ਮੈਂ ਪੀਣੀ ਫਿਰ ਜੇ ਮਿੱਠਾ ਜ਼ਿਆਦਾ ਆ ਦੇਖ ਲਓ ਜਲਦੀ ਟੇਸਟ ਕਰੋ ਨਹੀਂ ਤਾਂ ਫਿਰ ਗਰਮ ਵੀ ਨਹੀਂ ਹੋਗੀ ਚਾਹ ਨਹੀਂ ਨਹੀਂ ਓਕੇ ਆ ਮੈਂ ਘੁੱਟ ਭਰ ਕੇ ਦੇਖ ਹੀ ਲਿਆ ਲਓ ਵੀ ਮਿੱਤਰੋ ਤੇ ਫਾਈਨਲੀ ਚਾਹ ਮਿਲ ਹੀ ਗਈ ਤੇ ਹੁਣ ਮੈਂ ਦੁਬਾਰਾ ਪੀ ਕੇ ਦੇਖਾਂ ਘੈਂਟ ਚਾਹ ਬਣੀ ਆ ਓਕੇ ਰਿਪੋਰਟ ਵਾਲੀ ਤੇ ਬਾਕੀ ਬਲੌਗ ਨੂੰ ਹੁਣ ਮੈਂ ਕਰਦਾ ਖਤਮ ਤੁਸੀਂ ਵੀ ਘਰੇ ਟਰਾਈ ਕਰਕੇ ਦੇਖਿਓ ਪਰ ਧਿਆਨ ਨਾਲ ਟਰਾਈ ਕਰਿਓ ਕਿਉਂਕਿ ਇਹ ਓਟੀ ਜੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਆ ਅਤੇ ਕੋਲ ਖੜਿਓ ਜਦੋਂ ਚਾਹ ਬਣਾਓਗੇ ਜਿੱਦਾਂ ਹੁਣ ਮੈਂ 20-25 ਮਿੰਟ ਕੋਲ ਖੜਾ ਰਿਹਾ ਅਤੇ ਤੁਸੀਂ ਵੀ ਕੋਲ ਜ਼ਰੂਰ ਖੜਿਓ ਚਾਹ ਬਣਾਉਣ ਲਈ ਅਤੇ ਬਾਕੀ ਜੇ ਤੁਹਾਡੇ ਸਿਲੰਡਰ ਹੈ ਤੁਹਾਨੂੰ ਲੋੜ ਨਹੀਂ ਬਈ ਓਟੀ ਜੀ 'ਤੇ ਚਾਹ ਬਣਾਉਣ ਦੀ ਸਿਲੰਡਰ ਨਾ ਪੀਓ ਅਤੇ ਇੰਜੋਏ ਕਰੋ ਲਵ ਯੂ